ਸਿਹਤ ਸਾਡੀ ਕਿਸ ਤਰ੍ਹਾਂ ਚੰਗੀ ਹੋ ਸਕਦੀ ਆ ਜਿਹੜੀ ਨੀਂਦ ਆ ਇਹਦਾ ਵੀ ਕਨੈਕਸ਼ਨ ਮਾਈਂਡ ਦੇ ਨਾਲ ਆ ਸੋ ਮਾਈਂਡ ਇਨ ਕੇਸ ਆਪਣਾ ਰਿਲੈਕਸ ਨਹੀਂ ਹੈਗਾ ਦੈਨ ਆਪਾਂ ਨੂੰ ਨੀਂਦ ਰਿਲੈਕਸਿੰਗ ਨਹੀਂ ਆ ਸਕਦੀ ਹੈਗੀ ਚੰਗੀ ਨੀਂਦ ਤਾਂ ਵੈਸੇ ਕੀ ਕਹਿੰਦੇ ਨੇ ਉਹਦੇ ਸਾਰੇ ਫਾਇਦੇ ਹੀ ਨੇ ਕਿਉਂਕਿ ਤੁਹਾਡੀ ਉਥੋਂ ਸਿਹਤ ਠੀਕ ਰਹਿੰਦੀ ਆ ਇਹ ਇੱਕ ਡਿਪਰੈਸ਼ਨ ਦਾ ਰੂਪ ਲੈ ਲੈਂਦੇ ਆ ਜਿਹੜਾ ਹਾਰਟ ਰੇਟ ਜਦੋਂ ਗੁੱਡ ਹੁੰਦਾ ਦੈਨ ਤੁਹਾਡੀਆਂ ਕਿੰਨੀਆਂ ਸਾਰੀਆਂ ਤੁਸੀਂ ਬਿਮਾਰੀਆਂ ਤੋਂ ਬਚਦੇ ਹੋ ਜਦੋਂ ਤੁਸੀਂ ਸੁੱਤੇ ਹੁੰਨੇ ਹੋ ਸਾਰੇ ਨਾਲੋਂ ਵੱਧ ਫੈਟ ਬਰਨੇ ਆ ਜਿਹੜੀ ਤੁਹਾਡੀ ਉਹ ਰਾਤ ਦੇ ਟਾਈਮ ਤੇ ਹੁੰਦੀ ਆ ਰਿਲੈਕਸਿੰਗ ਨੀਂਦ ਦੇ ਇੰਨੇ ਸਾਰੇ ਫਾਇਦੇ ਨੇ ਦੇ ਅਸੀਂ ਸਵੇਰੇ ਟਾਈਮ ਸਿਰ ਉੱਠੀਏ ਇੱਕ ਬੰਦਾ ਕੰਪਿਊਟਰ ਤੇ 8 ਤੋਂ 10 ਘੰਟੇ ਦੀ ਜੌਬ ਕਰਦਾ ਐਵਰੀ ਡੇ 5 ਤੋਂ 6 ਘੰਟੇ ਦਾ ਜਿਹੜਾ ਟਾਈਮ ਆ ਕੁਆਲਿਟੀ ਨੀਂਦ ਆ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਅਵਤਾਰ ਸ਼ੇਰਪੁਰੀ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਬੈਠੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਅਸੀਂ ਬੜੇ ਕਨਸਰਨਡ ਆ ਆਪਣੀ ਨੀਂਦ ਨਾਲ ਆਪਣੀ ਸਿਹਤ ਦੇ ਨਾਲ ਸਿਹਤ ਸਾਡੀ ਕਿਸ ਤਰ੍ਹਾਂ ਚੰਗੀ ਹੋ ਸਕਦੀ ਆ अगर सानू चंगी नींद आती है चंगी नींद सानू तां आ सकती है अगर साडे मन दे उत्ते कोई टेंशन नहीं आ अगर असी बेतुकियां गल्लां दे विच नहीं फसे हुए वाधू दे झमेलियां दे विच असी नहीं फसे हुए और असी चंगा अच्छा खाना खा रहे हैं बट अगर इन्हां दे विचों कोई भी चीज़ भी साडी जिंदगी दे उत्ते हावी हुंदी आ चाहे वह टेंशन है जां उह अच्छा खाना नहीं आ जां असी मतलब जंक फूड दे वल नू ज़्यादा जाने आ फिर साडी जिहड़ी नींद है डिस्टर्ब होनी शुरू हुंदी आ नींद सारिया बीमारियों की जड़ असी समझते हैं इस बारे असी डिस्कस करने के लिए अज साडे नाल इंग्लैंड तो जुड़ रहे हैं गुरप्रीत कौर यूके जी उन्होंने आप स्वागत करते हैं तो उन्होंने आप जी गलबात करा कि इस बारे वो की सोचते हैं अते की समस्यावान की ने अते की उपा ने एंड वन मोर थिंग वी आर नॉट एन एक्सपर्ट ऑन एनी थिंग बट दिस इज कमिंग फ्रॉम द परसनल एक्सपीरियंस भी जो असी सारे ने हंडाया जो असी अपनी लाइफ के चेंजेस कीतिया ने अपनी नींद को करैक्ट करने लिए उन्होंने अपनी सेहत को ठीक करने के लिए ये उस एक्सपीरियंस तो गलबात हो रही है आओ स्वागत करते हैं गुरप्रीत कौर यूके जी का गुरप्रीत जी बहुत बहुत स्वागत है प्रोग्राम के सत श्री अकाल सारिआं नूं थैंक यू सो मच भाजी इन्ने सोहणे टॉपिक लई मैनूं इनवाइट करन लई इस प्रोग्राम दे विच थैंक यू सो मच थैंक यू गुरप्रीत सब तो पहला जिस तरीके गल कर रहे भी जिहड़ी नींद है ठीक है जदों आउंदी आ सानूं अगर रेगुलर नींद चल रही है तो सब कुछ ठीक है साडी बॉडी ठीक है सानूं कोई ब्लड प्रेशर नहीं हुंदा कोई बीमारी नहीं हुंदी बट ज्यों ही साडी नींद डिस्टर्ब हुंदी है मेरा ख्याल एक साइन बोर्ड है कि देयर इज़ ए स्टॉप साइन ना हुण तुहानूं अपनी बॉडी वल ध्यान देना चाहीदा भी भाई कोई गड़बड़ है चाहे तुहाडे खाने दे विच है जां तुहाडी लाइफ दे विच है कोई टेंशन है जां की है नींद ना आउण दे जिहड़े कारण ने सब तो पहला तो साडे नाल ओह उहनां बारे थोड़ा जिहा चानणा पाओ भी नींद ना आउण दे की कारण ने ਹਾਂਜੀ ਅੱਜ ਤਾਂ ਆਪਾਂ ਜਿਹੜਾ ਟੌਪਿਕ ਲੈ ਕੇ ਆਏ ਹੈਗੇ ਆ ਨੀਂਦ ਨੂੰ ਲੈ ਕੇ ਪਹਿਲੀ ਚੀਜ਼ ਤਾਂ ਇਹ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਕਿਉਂਕਿ ਨੀਂਦ ਇੱਕ ਅਜਿਹੀ ਚੀਜ਼ ਆ ਜਿਹਨੂੰ ਆਪਾਂ ਆਪਣੀ ਲਾਈਫ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦੇ ਹੈਗੇ ਕਿਉਂਕਿ ਕੁਦਰਤ ਨੇ ਇੱਕ ਇਦਾਂ ਦਾ ਸਿਸਟਮ ਬਣਾਇਆ ਦਿਨ ਤੇ ਰਾਤ ਦਾ ਆਪਾਂ ਨੂੰ ਉਹਦੇ ਅਕੋਰਡਿੰਗ ਚੱਲਣਾ ਚਾਹੀਦਾ ਆ ਤਾਂ ਹੀ ਆਪਣੀ ਸਿਹਤ ਇੱਕ ਜਿਹੜੀ ਹੈਗੀ ਆ ਤੰਦਰੁਸਤ ਰਹਿ ਸਕਦੀ ਆ ਹਨਾ ਦੂਸਰੀ ਗੱਲ ਇਹ ਹੈਗੀ ਆ ਕਿ ਇਹਦੇ ਵਿੱਚ ਆਪਾਂ ਜਿੰਨਾ ਕੁ ਵੀ ਅੱਜ ਪ੍ਰੋਗਰਾਮ ਵਿੱਚ ਡਿਸਕਸ ਕਰਾਂਗੇ ਇਹਦੇ ਵਿੱਚ ਮੋਸਟ ਆਫ ਮੇਰੇ ਖੁਦ ਦੇ ਲਾਈਫ ਦੇ ਤਜਰਬੇ ਹੈਗੇ ਆ ਮੈਂ ਆਪਣੀ ਸਿਹਤ ਦੇ ਵਿੱਚ ਕਿੱਦਾਂ ਇੰਪਰੂਵਮੈਂਟ ਕੀਤੀਆਂ ਨੇ ਪ੍ਰੀਵੀਅਸਲੀ ਜੋ ਵੀ ਮੇਰੀਆਂ ਨੀਂਦ ਨੂੰ ਲੈ ਕੇ ਇਸ਼ੂ ਰਹਿ ਚੁੱਕੇ ਨੇ ਤੇ ਮੈਂ ਕਿਹੜੀਆਂ ਚੀਜ਼ਾਂ ਨੂੰ ਅਪਣਾ ਕੇ ਆਪਣੀ ਨੀਂਦ ਨੂੰ ਬੈਟਰ ਕੀਤਾ ਮੈਨੂੰ ਪਤਾ ਕਿ ਦੁਨੀਆ ਦੇ ਵਿੱਚ ਬਹੁਤ ਲੋਕਾਂ ਦੇ ਇਸ਼ੂ ਹੈਗਾ ਇਸ ਕਰਕੇ ਆਪਾਂ ਨੇ ਸੋਚਿਆ ਵੀ ਚਲੋ ਇਸ ਟੌਪਿਕ ਤੇ ਆਪਾਂ ਅੱਜ ਡਿਸਕਸ ਕਰਦੇ ਹੈਗੇ ਆ ਤੇ ਮੇਨ ਚੀਜ਼ ਹੁਣ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਆਪਣੇ ਨੀਂਦ ਨਾ ਆਉਣ ਦੇ ਕੀ ਕਾਰਨ ਹੋ ਸਕਦੇ ਨੇ ਨੀਂਦ ਨਾ ਆਉਣ ਦੇ ਦੇਖੋ ਬਹੁਤ ਸਾਰੇ ਕਾਰਨ ਨੇ ਪਰ ਇੱਥੇ ਮੈਂ ਅੱਜ ਮੇਨ ਚੀਜ਼ ਆ ਜਿਹੜਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇੰਨੀ ਬਿਜ਼ੀ ਲਾਈਫ ਦੇ ਵਿੱਚ ਇੱਕ ਸਟ੍ਰੈਸ ਦਾ ਚੱਲ ਰਿਹਾ ਆ ਸਾਰਿਆਂ ਦੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਸਟ੍ਰੈਸ ਆ ਜਿਹੜੀ ਇਹ ਸਿੱਧਾ ਇਹਦਾ ਕਨੈਕਸ਼ਨ ਆ ਜਿਹੜਾ ਮਾਈਂਡ ਦੇ ਨਾਲ ਆ ਜਿਹੜੀ ਨੀਂਦ ਆ ਇਹਦਾ ਵੀ ਕਨੈਕਸ਼ਨ ਮਾਈਂਡ ਦੇ ਨਾਲ ਆ ਸੋ ਮਾਈਂਡ ਇਨ ਕੇਸ ਆਪਣਾ ਰਿਲੈਕਸ ਨਹੀਂ ਹੈਗਾ ਦੈਨ ਆਪਾਂ ਨੂੰ ਨੀਂਦ ਰਿਲੈਕਸਿੰਗ ਨਹੀਂ ਆ ਸਕਦੀ ਹੈਗੀ ਨੀਂਦ ਆਉਣਾ ਇੱਕ ਚੀਜ਼ ਆ ਇਹਦੇ ਤੇ ਆਪਾਂ ਥੋੜਾ ਜਿਹਾ ਡੀਪਲੀ ਡਿਸਕਸ ਕਰਾਂਗੇ ਇੱਕ ਰਿਲੈਕਸਿੰਗ ਨੀਂਦ ਆਉਣਾ ਜਿਹਨੂੰ ਕੁਆਲਿਟੀ ਨੀਂਦ ਕਹਿੰਦੇ ਹੈਗੇ ਆ ਉਹ ਬਹੁਤ ਜ਼ਰੂਰੀ ਆ ਜੀ ਜਿਹੜੇ ਸਾਈਡ ਇਫੈਕਟ ਦੀ ਅਗਰ ਆਪਾਂ ਗੱਲ ਕਰਦੇ ਆ ਹਨਾ ਵੀ ਜਦੋਂ ਨੀਂਦ ਨਾ ਆਉਣੀ ਸ਼ੁਰੂ ਹੁੰਦੀ ਆ ਹਨਾ ਵੀ ਨੀਂਦ ਆਉਣ ਨਾ ਆਉਣ ਦੇ ਜਿਹੜੇ ਸਾਈਡ ਇਫੈਕਟ ਨੇ ਕਿਉਂਕਿ ਉੱਥੋਂ ਬਿਮਾਰੀਆਂ ਦਾ ਫਿਰ ਸ਼ੁਰੂ ਹੁੰਦਾ ਨਾ ਹਨਾ ਦੌਰ ਉਹ ਸਾਈਡ ਇਫੈਕਟ ਕੀ ਨੇ ਅਗਰ ਆਪਾਂ ਪਹਿਲਾਂ ਗੱਲ ਕਰੀਏ ਉਹਦੇ ਬਾਰੇ ਤਾਂ ਹਾਂਜੀ ਜਦੋਂ ਨੀਂਦ ਆਪਾਂ ਨੂੰ ਨਹੀਂ ਆਉਂਦੀ ਦੇਖੋ ਆਪਣੀ ਪੂਰੀ ਰਾਤ ਆ ਜਿਹੜੀ ਉਹ ਡਿਸਟਰਬੈਂਸ ਦੇ ਵਿੱਚ ਨਿਕਲੀ ਕਿਸੇ ਵਜ੍ਹਾ ਕਰਕੇ ਜਾਂ ਨੀਂਦ ਆਪਣੀ ਔਨ ਆਫ ਹੋ ਰਹੀ ਆ ਬਹੁਤ ਜ਼ਿਆਦਾ ਉਹਦੇ ਨਾਲ ਦੂਸਰੇ ਦਿਨ ਉੱਠ ਕੇ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਨੂੰ ਟਾਇਰਡਨੈਸ ਰਹਿੰਦੀ ਆ ਬਹੁਤ ਜ਼ਿਆਦਾ
ਟਾਇਰਡਨੈਸ ਜਦੋਂ ਆਪਾਂ ਨੂੰ ਹੁੰਦੀ ਆ ਦੈਨ ਉਹਦੇ ਨਾਲ ਆਪਾਂ ਨੂੰ ਹੈਡਏਕ ਹੁੰਦੀ ਆ ਤੇ ਆਪਣੀ ਬਾਡੀ ਦਾ ਪੋਸਚਰ ਖਰਾਬ ਹੁੰਦਾ ਆ ਤੇ ਨਾਲ ਨਾਲ ਆਪਾਂ ਨੂੰ ਐਂਗਜ਼ਾਇਟੀ ਹੁੰਦੀ ਆ, ਬਹੁਤ ਜ਼ਿਆਦਾ ਬਾਡੀ 'ਚ ਨੈਗੇਟਿਵਿਟੀ ਆਉਂਦੀ ਆ। ਇਹ ਚੀਜ਼ਾਂ ਦੇ ਸਾਰੀਆਂ ਦੇ ਇਕੱਠੇ ਹੋ ਕੇ ਦੈਨ ਫਿਰ ਕੀ ਹੁੰਦਾ, ਇਹ ਇੱਕ ਡਿਪਰੈਸ਼ਨ ਦਾ ਰੂਪ ਲੈ ਲੈਂਦੇ ਆ। ਜੀ ਡਿਪਰੈਸ਼ਨ ਜਦੋਂ ਆ ਗਿਆ ਫਿਰ ਤੁਹਾਨੂੰ ਪਤਾ ਆਪਾਂ ਪਿਲਸ ਤੇ ਜਾਂਦੇ ਹੈਗੇ ਆ ਤੇ ਡਿਪਰੈਸ਼ਨ ਦਾ ਫਿਰ ਸਿੱਧਾ ਕਨੈਕਸ਼ਨ ਆਪਣੀ ਬੈਡ ਇਫੈਕਟ ਆ ਜਿਹੜਾ ਬਹੁਤ ਜ਼ਿਆਦਾ ਆਪਣੀ ਬਾਡੀ ਤੇ ਪੈਂਦਾ ਆ। ਸੋ ਇਸ ਕਰਕੇ ਜ਼ਰੂਰੀ ਹੈਗਾ ਆ ਕਿ ਆਪਾਂ ਜੇ ਸਾਰੇ ਸਾਈਡ ਇਫੈਕਟਾਂ ਤੋਂ ਬਚਣਾ ਆ ਤੇ ਆਪਾਂ ਇੱਕ ਰਿਲੈਕਸਿੰਗ ਨੀਂਦ ਤੇ ਇੱਕ ਰਿਲੈਕਸ ਮਾਈਂਡ ਤੇ ਆਪਾਂ ਜ਼ਿਆਦਾ ਧਿਆਨ ਦੇਈਏ। ਜੀ ਅਗਰ ਨੀਂਦ ਆਉਣ ਦੇ ਫਾਇਦਿਆਂ ਦੀ ਆਪਾਂ ਗੱਲ ਕਰਦੇ ਹਾਂ, ਰਾਈਟ, ਵੀ ਨੀਂਦ ਆਉਣ ਦੇ ਜਿਹੜੇ ਫਾਇਦੇ ਆ ਅਤੇ ਫਾਇਦੇ ਕੀ ਆ, ਮਤਲਬ ਕਿਉਂਕਿ ਚੰਗੀ ਨੀਂਦ ਤਾਂ ਵੈਸੇ ਕੀ ਕਹਿੰਦੇ ਨੇ ਉਹਦੇ ਸਾਰੇ ਫਾਇਦੇ ਹੀ ਨੇ ਕਿਉਂਕਿ ਤੁਹਾਡੀ ਉੱਥੋਂ ਸਿਹਤ ਠੀਕ ਰਹਿੰਦੀ ਆ, ਠੀਕ ਹੈ। ਬਟ ਜਿਸ ਤਰੀਕੇ ਆਪਾਂ ਸਾਈਡ ਇਫੈਕਟਸ ਦੀ ਗੱਲ ਕਰਦੇ ਹਾਂ, ਉਹ ਤਾਂ ਆਪਾਂ ਅਗਰ ਅਸੀਂ ਆਪਣੀ ਨੀਂਦ ਕੰਟਰੋਲ ਕਰ ਲਈ, ਮੈਂ ਕਹਿੰਦਾ ਅਸੀਂ ਸਭ ਕੁਝ ਕੰਟਰੋਲ ਕਰ ਰਿਹਾ, ਅਸੀਂ ਫਾਇਦਿਆਂ ਬਾਰੇ ਵੀ ਥੋੜ੍ਹੀ ਜਿਹੀ ਜਿਹੜੀ ਗੱਲਬਾਤ ਕਰੀਏ। ਹਾਂਜੀ, ਜਦੋਂ ਆਪਣੇ ਇੱਕ ਰਿਲੈਕਸਿੰਗ ਨੀਂਦ ਆਉਂਦੀ ਆ ਤਾਂ ਉਹਦੇ ਕਿੰਨੇ ਬੈਨੀਫਿਟ ਨੇ। ਦੇਖੋ, ਪਹਿਲੀ ਚੀਜ਼ ਤਾਂ ਜਿਹੜੀ ਤੁਹਾਡੀ ਬਾਡੀ ਦੇ ਹਾਰਮੋਨਸ ਨੇ ਨਾ, ਇਹ ਬੈਲੈਂਸ ਵਿੱਚ ਆਉਣਾ ਸਟਾਰਟ ਹੋ ਜਾਂਦੇ ਨੇ। ਜਿਹੜੀ ਸੈਲਸ ਦੀ ਫੰਕਸ਼ਨਿੰਗ ਹੈਗੀ ਆ ਉਹ ਬਿਲਕੁਲ ਸਹੀ ਹੋਣੀ ਸਟਾਰਟ ਹੋ ਜਾਂਦੀ ਆ ਜਦੋਂ ਇੱਕ ਆਪਾਂ ਬਹੁਤ ਡੀਪ ਸਲੀਪ ਤੋਂ ਬਾਅਦ ਵਿੱਚ ਉੱਠਦੇ ਹਾਂ। ਇੱਕ ਦੂਸਰੀ ਗੱਲ ਇਹ ਹੈ ਕਿ ਆਪਣਾ ਜਿਹੜਾ ਬ੍ਰੈਥ ਆ ਇਹ ਥੋੜ੍ਹਾ ਜਿਹਾ ਗਰਮ ਹੁੰਦਾ ਰਾਤ ਦੇ ਟਾਈਮ 'ਤੇ, ਉਹਦੇ ਕਿੰਨੇ ਬੈਨੀਫਿਟ ਨੇ। ਆਪਣੀ ਜਿਹੜਾ ਬਾਡੀ ਦਾ ਟੈਂਪਰੇਚਰ ਜਦੋਂ ਥੋੜ੍ਹਾ ਜਿਹਾ ਹਾਈ ਹੁੰਦਾ ਨਾ, ਉਹਦੇ ਦੂਸਰੇ ਦਿਨ ਫਿਰ ਤੁਹਾਡਾ ਜਿਹੜਾ ਬੀਪੀ ਆ ਉਹ ਬਹੁਤ ਨੋਰਮਲ ਹੋਣ ਲੱਗ ਜਾਂਦਾ ਆ। ਜਦੋਂ ਬੀਪੀ ਨੋਰਮਲ ਹੁੰਦਾ ਤੁਹਾਡਾ ਹਾਰਟ ਰੇਟ ਗੁੱਡ ਹੋਣ ਲੱਗ ਜਾਂਦਾ। ਜਿਹੜਾ ਹਾਰਟ ਰੇਟ ਜਦੋਂ ਗੁੱਡ ਹੁੰਦਾ ਦੈਨ ਤੁਹਾਡੀਆਂ ਕਿੰਨੀਆਂ ਸਾਰੀਆਂ ਤੁਸੀਂ ਬਿਮਾਰੀਆਂ ਤੋਂ ਬਚਦੇ ਹੋ। ਅਤੇ ਇੱਕ ਰਾਤ ਦੇ ਟਾਈਮ 'ਤੇ ਜਦੋਂ ਆਪਾਂ ਸੌਂਦੇ ਹਾਂ ਬਾਡੀ ਰੈਸਟ ਦੇ ਮੋਡ 'ਤੇ ਹੁੰਦੀ ਆ ਤਾਂ ਤੁਹਾਡੀ ਬਾਡੀ ਡੀਟੌਕਸ ਹੁੰਦੀ ਆ। ਜਦੋਂ ਤੁਸੀਂ ਸੁੱਤੇ ਹੁੰਦੇ ਹੋ ਸਾਰਿਆਂ ਨਾਲੋਂ ਵੱਧ ਫੈਟ ਬਰਨ ਆ ਜਿਹੜੀ ਤੁਹਾਡੀ ਉਹ ਰਾਤ ਦੇ ਟਾਈਮ 'ਤੇ ਹੁੰਦੀ ਆ। ਤੁਸੀਂ ਮੋਸਟ ਆਫ ਲੋਕੀ ਦੇਖਿਓ ਜਿਨ੍ਹਾਂ ਨੂੰ ਮਤਲਬ ਡਿਪਰੈਸ਼ਨ ਐਂਗਜ਼ਾਇਟੀ ਦੀ ਪ੍ਰੋਬਲਮ ਆ ਜਾਂ ਡਿਪਰੈਸ਼ਨ ਪਿਲਸ ਤੇ ਹੁੰਦੇ ਨੇ ਉਹ, ਤੇ ਉਹਨਾਂ ਜ਼ਿਆਦਾਤਰ ਲੋਕੀ ਓਵਰਵੇਟ ਹੁੰਦੇ ਆ। ਤੋ ਇਹੀ ਰੀਜ਼ਨ ਆ ਕਿ ਉਹਨਾਂ ਦੀ ਉਸ ਟਾਈਮ 'ਤੇ ਫੈਟ ਬਰਨ ਦਾ ਜਿਹੜਾ ਟਾਈਮ ਹੁੰਦਾ ਉਹ ਨਹੀਂ ਹੁੰਦਾ, ਬਾਡੀ ਨੂੰ ਪ੍ਰੋਪਰ ਜਿਹੜਾ ਰਿਲੈਕਸਿੰਗ ਟਾਈਮ ਉਹ ਨਹੀਂ ਮਿਲਦਾ ਹੈਗਾ, ਹੈ ਨਾ, ਮਾਇੰਡ ਦੇ ਨਾਲ ਨਾਲ। ਅਤੇ ਇਹਦੇ ਨਾਲ ਫਿਰ ਬਹੁਤ ਸਾਰੀਆਂ ਪ੍ਰੋਬਲਮਸ ਸਟਾਰਟ ਹੁੰਦੀਆਂ ਨੇ, ਜਿਹਦੇ ਵਿੱਚੋਂ ਕਿੰਨੀਆਂ ਸਾਰੀਆਂ ਆਪਾਂ ਪ੍ਰੋਬਲਮਸ ਪਹਿਲਾਂ ਗਿਣੀਆਂ ਨੇ, ਹੈ ਨਾ, ਉਹ ਸਾਰਾ ਕੁਝ ਸਟਾਰਟ ਹੁੰਦਾ। ਰਿਲੈਕਸਿੰਗ ਨੀਂਦ ਦੇ ਇੰਨੇ ਸਾਰੇ ਫਾਇਦੇ ਨੇ। ਦੇਖੋ, ਜੇ ਆਪਾਂ ਇੱਕ, ਕਿਉਂਕਿ ਨਾ ਜਿਹੜੀ ਕੁਦਰਤ ਆ ਇਹਨੇ ਰਾਤ ਇਸ ਕਰਕੇ ਬਣਾਈ ਆ, ਜੇ ਇਹਦੀ ਜ਼ਰੂਰਤ ਨਾ ਹੁੰਦੀ, ਨੀਂਦ ਦੀ ਬਾਡੀ ਨੂੰ ਜ਼ਰੂਰਤ ਨਾ ਹੁੰਦੀ ਤਾਂ ਮਹਾਰਾਜ ਨੇ ਬਿਨਾਂ ਲੋੜ ਤੋਂ ਕੁਛ ਕੀਤਾ ਹੀ ਨਹੀਂ ਹੈਗਾ ਦੁਨੀਆਂ 'ਚ, ਫਿਰ ਉਹਨਾਂ ਨੇ ਰਾਤ ਬਣਾਉਣੀ ਨਹੀਂ ਸੀਗੀ। ਅਤੇ ਜਿਹੜਾ ਇੱਕ ਹੁੰਦਾ ਨਾ ਰਾਤ ਨੂੰ ਸੌਣਾ, ਸੌਣਾ ਇੱਕ ਚੀਜ਼ ਆ, ਪਰ ਜਿਹੜਾ ਆਪਣਾ ਇਹ ਬ੍ਰਹਿਮੰਡ ਆ ਨਾ, ਕਹਿੰਦੇ ਇਹ ਇੰਨੇ ਵਧੀਆ ਤੱਤ ਰਿਲੀਜ਼ ਕਰਦਾ ਆ ਰਾਤ ਨੂੰ। ਜਦੋਂ ਆਪਾਂ ਸੁੱਤੇ ਹੁੰਦੇ ਹਾਂ ਆਪਣੀ ਬਾਡੀ ਸਾਇਲੈਂਟ ਮੋਡ 'ਤੇ ਹੁੰਦੀ ਆ, ਉਸ ਟਾਈਮ 'ਤੇ ਉਹਨਾਂ ਨੂੰ ਉਹ ਟੇਕ ਕਰਦੀ ਆ, ਉਹਨਾਂ ਦਾ ਇਨਟੇਕ ਜਦੋਂ ਕਰਦੀ ਆ। ਜੇ ਆਪਾਂ ਤੁਸੀਂ ਜਾਗਦੇ ਹੋ ਤੁਰੇ ਫਿਰਦੇ ਹੋ ਦਿਨ ਦੇ ਵਿੱਚ, ਉਹ ਜਿਹੜੇ ਰਾਤ ਨੂੰ ਆਪਾਂ ਇਨਟੇਕ ਕੀਤੀ ਹੁੰਦੀ ਆ ਚੀਜ਼, ਉਹ ਪੂਰਾ ਦਿਨ ਆਪਾਂ ਨੂੰ ਬਾਡੀ ਨੂੰ ਚੱਲਣ ਨੂੰ ਹਿੰਮਤ ਦਿੰਦੀ ਆ, ਆਪਣੀ ਬਾਡੀ ਦੇ ਵਿੱਚ ਉਸ ਐਨਰਜੀ ਨਾਲ ਆਪਾਂ ਤੁਰੇ ਫਿਰਦੇ ਹਾਂ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਜੇ ਰਾਤ ਨੂੰ ਰਿਲੈਕਸਿੰਗ ਨੀਂਦ ਨਹੀਂ ਹੋਊਗੀ, ਦੂਸਰੇ ਦਿਨ ਬਾਡੀ 'ਚ ਟਾਇਰਡਨੈਸ ਹੋਊਗੀ ਤੇ ਬਹੁਤ ਸਾਰੀਆਂ ਪ੍ਰੋਬਲਮਸ ਹੋਣਗੀਆਂ। ਉਹ ਬ੍ਰਹਿਮੰਡ ਆਪਾਂ ਨੂੰ ਕੋਈ ਚੀਜ਼ ਦੇ ਰਿਹਾ ਆ ਤੇ ਆਪਾਂ ਨੇ ਉਹ ਸਿਰਫ ਰਾਤ ਦੇ ਟਾਈਮ 'ਤੇ ਲੈਣੀ ਹੁੰਦੀ ਆ। ਜੀ, ਇੱਕ ਜਿਹੜੀ ਗੱਲ ਹੈ ਨਾ, ਅਗਰ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਸਾਨੂੰ, ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੈ, ਰਾਈਟ, ਅਸੀਂ ਸਵੇਰੇ ਟਾਈਮ ਸਿਰ ਉੱਠੀਏ, ਆਪਣਾ ਕੰਮ ਕਰੀਏ, ਸ਼ਾਮ ਦਾ ਖਾਣਾ ਖਾਈਏ, ਟਾਈਮ ਸਿਰ ਬੈੱਡ ਦੇ ਵਿੱਚ ਜਾਈਏ, ਪ੍ਰੋਪਰ ਨੀਂਦ ਲਈਏ। ਬਟ ਕਈ ਬੰਦਿਆਂ ਦੀ ਹੁਣ ਪ੍ਰੋਬਲਮ ਇਹ ਹੈ ਵੀ ਜਿਹਨਾਂ ਨੂੰ, ਕਿਉਂਕਿ ਇਸ ਗੱਲ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਯੂਜ਼ ਰਹੇ ਨੇ, ਜਿਹਦੇ ਵਿੱਚ ਮੈਂ ਅਗਰ ਗੱਲ ਕਰਾਂ ਤਾਂ ਵੀ ਨੀਂਦ ਜਦੋਂ ਸਾਨੂੰ ਆਉਂਦੀ ਆ, ਠੀਕ ਹੈ, ਉਸ ਸਮੇਂ ਜਿਹੜੀ ਅਸੀਂ ਗੱਲ ਕਰਦੇ ਵੀ ਉਹਦਾ ਪੀਰੀਅਡ ਕੀ ਆ, ਕਿੰਨੇ ਘੰਟੇ ਸਾਨੂੰ ਸੌਣਾ ਚਾਹੀਦਾ, ਕੋਈ ਮਤਲਬ, ਕਿਉਂਕਿ ਵੱਖ ਵੱਖ ਏਜ ਦੇ ਵਿੱਚ, ਕਿਉਂਕਿ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਨਾ, ਉਹਦੀ ਨੀਂਦ ਬਹੁਤ ਘੰਟਿਆਂ ਦੀ ਹੁੰਦੀ ਆ, ਤਕਰੀਬਨ 22 ਘੰਟਿਆਂ ਦੀ ਹੁੰਦੀ ਆ। ਬਟ ਜਿਉਂ ਜਿਉਂ ਸਾਡੀ ਏਜ ਵੱਧਦੀ ਆ, ਬਟ ਇੱਕ ਰੈਗੂਲਰ ਇਨਸਾਨ ਵੀ ਜਦੋਂ ਅਸੀਂ 20 ਤੋਂ ਉੱਪਰ ਹੋ ਜਾਂਦੇ, ਫਿਰ ਸਾਡੀ ਜਿਹੜੀ ਨੀਂਦ ਹੈ ਇੱਕ ਐਵਰੇਜ ਨੀਂਦ ਹੈ ਜਿਹੜੀ, ਉਹ ਤਕਰੀਬਨ ਗੁੱਡ ਸਲੀਪ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਬਾਰੇ ਤੁਸੀਂ ਕੀ ਸੋਚਦੇ ਵੀ ਉਹ ਕਿੰਨੀ ਹੋਣੀ ਚਾਹੀਦੀ ਆ, ਉਹਦੇ ਬਾਰੇ ਵੀ ਕਹਿੰਦੇ ਨੇ ਸਾਡੇ ਦਰਸ਼ਕਾਂ ਦੇ ਨਾਲ ਥੋੜ੍ਹਾ ਜਿਹਾ ਸਾਂਝ ਪਾਓ। ਹਾਂਜੀ, ਜਿਹੜੀ ਤੁਸੀਂ ਨੀਂਦ ਦਾ ਸਵਾਲ ਪੁੱਛਿਆ ਨਾ ਕਿ ਨੀਂਦ ਕਿੰਨੇ ਘੰਟੇ ਦੀ ਹੋਣੀ ਚਾਹੀਦੀ ਆ, ਇਹ ਇੱਕ ਬਹੁਤ ਵੱਡਾ ਮਿੱਥ ਹੈਗਾ ਆ ਕਿ ਬਹੁਤ ਇਹਦੇ ਬਾਰੇ ਮੈਂ ਨਾ ਕਾਫੀ ਕੁਛ ਪੜ੍ਹਿਆ ਆ। ਕਾਫੀ ਲੋਕੀ ਕਹਿੰਦੇ ਹੈਗੇ ਆ ਕਿ ਹਰ ਕਿਸੇ ਨੂੰ 8 ਘੰਟੇ ਦੀ ਨੀਂਦ ਚਾਹੀਦੀ ਆ ਹਿਊਮਨ ਬਾਡੀ ਨੂੰ, ਕੋਈ ਕਹਿੰਦਾ 10 ਘੰਟੇ ਦੀ ਚਾਹੀਦੀ ਆ, ਹਰ ਕਿਸੇ ਨੇ ਆਪੋ ਆਪਣੇ ਹਿਸਾਬ ਨਾਲ ਇਹਦੇ ਬਾਰੇ ਬਹੁਤ ਕੁਛ ਲਿਖਿਆ ਆ। ਜਿੰਨਾ ਕੁ ਮੈਂ ਮਤਲਬ ਐਕਸਪੀਰੀਅੰਸ ਕੀਤਾ ਨਾ, ਇਹਦਾ ਨੀਂਦ ਦਾ ਕਨੈਕਸ਼ਨ ਆ ਜਿਹੜਾ ਉਹ ਤੁਹਾਡੇ ਮਾਈਂਡ ਦੇ ਨਾਲ ਆ। ਆਈ ਥਿੰਕ ਇੱਕ ਛੋਟੇ ਬੱਚੇ ਨੂੰ ਕਾਫੀ ਘੰਟੇ ਨੀਂਦ ਚਾਹੀਦੀ ਆ। ਜਦੋਂ ਆਪਾਂ ਵੱਡੇ ਹੁੰਦੇ ਹਾਂ ਆਪਣੀ ਬਾਡੀ ਡਿਵੈਲਪ ਹੁੰਦੀ ਆ, ਮਾਈਂਡ ਡਿਵੈਲਪ ਹੁੰਦਾ, ਤਾਂ ਆਪਾਂ ਆਪਣੇ ਮਾਈਂਡ ਨੂੰ ਕਿੱਦਾਂ ਸਾਰਾ ਦਿਨ ਔਰਗੇਨਾਈਜ਼ ਕਰਕੇ ਰੱਖਦੇ ਹਾਂ, ਇਹਨੂੰ ਕਿੱਦਾਂ ਰਿਲੈਕਸ ਰੱਖਦੇ ਹੈਗੇ ਹਾਂ,
उस हिसाब नाल इहनूं उन्नी क नींद चाहीदी आ। और मैं काफ़ी इहदे बारे पढ़िया आ कि जिद्दां आपां कह सकदे हां कि कई जिहड़े हुंदे आ ऋषि मुनि साधू महात्मा, इत्थों तक वी मैं पढ़िया सिर्फ 2 तों 3 घंटे 2 तों 2.5 घंटे ही सौंदे आ, उहनां दा माइंड रिलैक्स हो जांदा। पर हुण जे आपां बिजी लाइफ की गल करिए, जिद्दां आपां आम इंसान हैगे आ, है ना, ते आपां हुण एक बंदा कंप्यूटर ते 8 तों 10 घंटे की जॉब करदा एवरीडे, उहदा माइंड 2-2.5 घंटे विच रिलैक्स नहीं होगा। उन्हें अपने माइंड नूं उस ढंग दे नाल उन्हें ट्रेन करना पैना आ। ट्रेन तो कहने का मतलब आपां उन्हें माइंड की खुराक उन्हें की दे रहे हैं, नहीं तो माइंड से इन्हें नींद, सियाने कहिंदे ना नींद नूं जिन्ना मर्जी बढ़ा लो वो चीज़ इन्हें तो तुसीं अपनी बॉडी नूं 12 घंटे से भी जे लै जाओगे ना, इन्हें 12 घंटे के यूज़ टू हो जाना, इन्हें 8 तों 8 ही सौण गिज जाना जी, एक मिनट लिए आप इदा मतलब टाइम वाइज चलीए, है ना। पर जिहड़ा सौण दा उदा मैं सुनिया आ जिहड़ा, है ना, 5 तों 6 घंटे का जिहड़ा टाइम आ क्वालिटी नींद आ, वह किन्ने तों किन्ने बजे तक आ, रात नूं 10 बजे तों लैके सवेर दे 4 बजे तक जी। अच्छा एक चीज़ जिहड़ी नींद नूं असीं इंप्रूव किस तरीके कर सकते हैं, मान लो नींद साडी डिस्टर्ब हो गई, होर सारा कुछ हो गया, ठीक है, बीमारियां दा दौर भी शुरू हो गया, हुण गल इह आ वी जिहड़ी चीज़ जिथों शुरू हुई असीं खत्म भी उस चीज़ नाल होनी आ, ठीक है, फिर असीं इंप्रूव किस तरह कर सकते हैं, की चेंजेस असी अपनी लाइफ दे विच जिहड़ियां उह लैके आईए जिथों सानूं इह लगे वी हाँ जी हुण असीं साडी नींद बैटर हो रही है, नींद बैटर होने दे नाल साडियां बाकी जिहड़ियां चीज़ां ने उह भी डिसअपीयर हो रही ने, इहदे बारे की कहना। हाँ जी, नींद नूं इंप्रूव करन दे विच देखो 2 चीज़ां ने, डू एंड डोंट्स, सौण तों पहलां जिहड़ी सारिआं वास्ते जरूरी आ। ते पहलां आपां गल करांगे कि नींद सौण तों पहलां बैड च जाण तों पहलां आपां नूं की नहीं करना चाहीदा। सारे नालों पहली जरूरी चीज़ आ, जिहड़े लोग देर रात तक टीवी देखते हैं जां अपनी फोन स्क्रीन ते जां लैपटॉप की स्क्रीन ते रहिंदे ने, उहदे नाल जिहड़ा माइंड आ ना, तुहाडा माइंड बहुत एक्टिव रहिंदा उस टाइम ते। माइंड नूं आपां ने एक्टिव नहीं करना, जिद्दां ही ईवनिंग टाइम होगी सनसैट हो गया आपां इहनूं रिलैक्स करना स्टार्ट करना आ। सो इस करके जिन्ने भी मतलब तुहाडे फोन वगैरह हैगे उहनां दी स्क्रीन 1 घंटा होपफुली कि तुसीं मतलब बंद करन नूं यूज़ हो जाओ, पता होना चाहिए माइंड नूं ना एक सुनेहा मिल जूगा कि मेरे सौण जाण दा टाइम होण लग गया। ते दूसरा हैगा या कि अपने बिल्कुल भी दिन दे विच जिहड़े लोकी सौण नूं यूज़ टू हैगे ने, चाहे वह छोटी जी नैप भी लैंदे हैगे आ, उह इन किस नहीं लैण तां रात नूं बहुत वधिया उहनां नूं रिलैक्सिंग नींद आ सकदी आ, क्योंकि माइंड नूं आपां कन्फ्यूज़ नहीं करना दिन ते रात दे विच। जदों माइंड नूं पता होगा कि दिन आ सौण दा टाइम आ, तां इहनूं मतलब जागणा आ जदों दिन दा टाइम आ, ते रात आई आ तां पता सौण दा टाइम आ, सनसैट तों बाद इहने आपणे आप ही रैडी होण लग जाणा इक सौण दे वास्ते। ते दूसरा हैगा कि ईवनिंग टाइम ते आपां कोई भी हैवी एक्सरसाइज ना करिए। ਜਦੋਂ ਆਪਾਂ ਹੈਵੀ ਐਕਸਰਸਾਈਜ਼ ਕਰਦੇ ਹਾਂ ਬੋਡੀ ਓਵਰ ਟਾਇਰਡ ਹੁੰਦੀ ਆ। ਤੇ ਫਿਰ ਇੱਕ ਹੈਗਾ ਜਿਹੜੇ ਲੋਕੀ ਕੈਫੀਨ ਬਹੁਤ ਲੈਂਦੇ ਆ, ਦਿਨ ਚ ਵੀ ਕੈਫੀਨ ਦਾ ਕਾਫੀ ਇਨਟੇਕ ਕਰਦੇ ਹੈਗਾ। ਮੈਂ ਇੱਥੇ ਇੱਕ ਮਿੰਟ ਲਈ ਤੁਹਾਨੂੰ ਇੰਟਰਪਟ ਕਰਨਾ, ਵੀ ਤੁਸੀਂ ਕਿਹਾ ਵੀ ਹੈਵੀ ਐਕਸਰਸਾਈਜ਼ ਅਸੀਂ ਨਾ ਕਰੀਏ, ਬਟ ਜਿਹੜੇ ਲੋਕ ਜਿਮ ਜਾਂਦੇ ਆ, ਠੀਕ ਆ, ਜਿਮ ਮਤਲਬ ਬਹੁਤ ਸਾਡੇ ਸਾਰੇ ਲੋਕ ਨੇ ਜਿਨ੍ਹਾਂ ਨੇ ਅੱਛੀ ਆਦਤ ਬਣਾਈ ਹੋਈ ਆ ਵੀ ਜਿਮ ਜਾਣਾ ਚਾਹੀਦਾ, ਠੀਕ ਹੈ, ਬਟ ਜਿਮ ਦੇ ਵਿੱਚ ਤਾਂ ਤਕਰੀਬਨ ਅਸੀਂ ਹੈਵੀ ਐਕਸਰਸਾਈਜ਼ ਇਹ ਕਰਦੇ ਹਾਂ, ਫਿਰ ਉਹਨਾਂ ਬਾਰੇ ਕੀ ਸੁਜੈਸ਼ਨ ਆ? हाँ जी, वो मैं थोड़ा दसदी है जो आप दूसरा टॉपिक डिस्कस करते हैं कि की करना चाहिए आ एक्सरसाइज, जो लोग जिम जाते हैं, देखो जिम कोई लेट नाइट मतलब जाके एक होंगे जिम जिस बंदा स्विमिंग गया है, कोई लाइट जिम के एक्सरसाइज की दैट्स फाइन, कहने का मतलब हैवी एक्सरसाइज सौण तो 1 घंटा पहला हूँ कोई बंदा बहुत ज्यादा हैवी वो बॉडी ओवर टाइट होगी, बॉडी नूं रेस्ट होने में बहुत टाइम चाहिए आ, फिर कि जाके माइंड ने स्लीप करना, बॉडी थोड़ी कितों एक कर रही हैगी बहुत टाइट है, माइंड ने नहीं सौना उन्नी देर, सिर्फ 1 घंटे तो पहला नहीं मतलब 2-3 घंटे का गैप रख लो तुसी, उस तो पहला तुसी अपनी एक्सरसाइज, बहुत लोग ने आफ्टर वर्किंग जो आवर्स होंगे उदू बाद जिम जाते हैं दैट्स फाइन, जानू उन्होंने सौना हों उदू बाद 3-4 घंटे होंगे ने जानू बॉडी रिलैक्स हो जाती है, शावर लिया तो बैड चले जाते हैं। एक हैगा है कि जेडे लोग कैफीन का काफ़ी इनटेक करते हैं, कैफीन बहुत ज्यादा स्पैशली लेट ईवनिंग, देखो बहुत लोगों को कैफीन के नाल प्रॉब्लम नहीं हो सकती, वो कहते सानू चाह पी के भी नींद आ जाती है रात को, पर मैनू कैफीन दे दे 1 कप टी का मैं शाम पी लिया मैनू नींद नहीं आती, मेरे वर्ग के बहुत लोग होंगे जिन्होंने शायद नहीं पता है वो लेट ईवनिंग तक अपनी टी कॉफी लेंदे रहते हैं तो बाद च सौण जाते फिर नींद नहीं आती हैगी उन्होंने, है ना। तो फिर नाल तुसीं एक हैवी मील का इतने बहुत इंपोर्टेंट है क्योंकि लोग कमां तो आते हैं, कई लोग बहुत हैवी ट्रैफिकों च लंघ के काम घर आते 6-6:30 बजे का टाइम हो जाता, फिर उदू बाद अपने मील रेडी ਲੱਗਦੇ ਆ, ਖਾਂਦੇ ਆ, 8 ਵੱਜ ਜਾਂਦੇ ਆ, 9 ਵਜੇ ਉਹਨਾਂ ਨੇ ਬੈੱਡ 'ਚ ਜਾਣਾ ਹੁੰਦਾ।
ਉਹ ਇੰਨਾ ਹੈਵੀ ਮੀਲ ਆ ਜਿਹੜਾ ਤੁਹਾਡੀ ਬੋਡੀ ਦੇ ਵਿੱਚ, ਉਹਦੇ ਨਾਲ ਗੈਸ ਦੀ ਪ੍ਰੋਬਲਮ ਹੁੰਦੀ ਹੈਗੀ ਆ, ਬੰਦਾ ਰਾਤ ਨੂੰ ਸੌਂ ਨਹੀਂ ਸਕਦਾ, ਬਹੁਤ ਸਾਰੀਆਂ ਡਿਸਟਰਬੈਂਸ ਹੁੰਦੀਆਂ ਨੇ। ਹੈਵੀ ਮੀਲ ਦੇ ਨਾਲ ਤਾਂ ਕਦੀ ਵੀ ਨਹੀਂ ਸੌਣਾ ਚਾਹੀਦਾ, ਉਹਦੇ ਤਾਂ ਬਹੁਤ ਸਾਰੇ ਸਾਈਡ ਇਫੈਕਟ ਨੇ। ਠੀਕ ਆ, ਇੱਕ ਜਿਹੜੇ ਲੋਕੀ ਨਾ ਸੌਣ ਤੱਕ ਪਾਣੀ ਬਹੁਤ ਪੀਂਦੇ ਆ, ਰਾਤ ਨੂੰ ਵੀ ਕੋਲੇ ਪਾਣੀ ਰੱਖਦੇ ਆ, ਰੱਖਣਾ ਚਾਹੀਦਾ ਆ, ਤੁਸੀਂ ਇੱਕ ਦੋ ਸਿਪ ਲੈ ਲਓ ਜੇ ਤੁਹਾਡਾ, ਕਈ ਲੋਕਾਂ ਦਾ ਮੂੰਹ ਡਰਾਈ ਹੁੰਦਾ, ਪਰ ਜਦੋਂ ਪਾਣੀ ਦੀ ਇਨਟੇਕ ਤੁਸੀਂ ਬਹੁਤ ਕਰਦੇ ਆ, ਤੁਹਾਡੀ ਨੀਂਦ ਰਾਤ ਨੂੰ ਡਿਸਟਰਬ ਹੁੰਦੀ ਆ ਤੇ ਤੁਹਾਨੂੰ ਵਾਸ਼ਰੂਮ ਬਹੁਤ ਵਾਰੀ ਜਾਣਾ ਪੈਂਦਾ, ਉਹ ਇੱਕ ਰਿਲੈਕਸਿੰਗ ਨੀਂਦ ਜਾਂ ਉਹਨੂੰ ਕੁਆਲਿਟੀ ਸਲੀਪ ਨਹੀਂ ਆਪਾਂ ਕਹਿ ਸਕਦੇ ਹੈਗੇ, ਹਨਾ, ਉਹ ਨਹੀਂ ਤੁਸੀਂ ਕਰਨਾ ਹੈਗਾ। ਇਹ ਚੀਜ਼ਾਂ ਹੋ ਗਈਆਂ ਆਪਣੀਆਂ ਜਿਹੜੀਆਂ ਨਹੀਂ ਕਰਨੀਆਂ ਹੈਗੀਆਂ, ਆਪਾਂ ਨੇ ਸੌਣ ਤੋਂ ਪਹਿਲਾਂ ਡੈਫੀਨੇਟਲੀ ਨਹੀਂ ਕਰਨੀਆਂ। ਓਕੇ, ਅੱਛਾ ਗੁਰਪ੍ਰੀਤ, ਇਹ ਤਾਂ ਗੱਲ ਸੀਗੀ ਵੀ ਕੀ ਨਹੀਂ ਕਰਨਾ ਚਾਹੀਦਾ, ਸਾਨੂੰ ਕੀ ਨਹੀਂ ਖਾਣਾ ਚਾਹੀਦਾ ਜਾਂ ਕਿਸ ਤਰ੍ਹਾਂ ਸਾਨੂੰ ਰੂਟੀਨ ਬਣਾਉਣੀ ਚਾਹੀਦੀ ਆ। ਹੁਣ ਗੱਲ ਆਉਂਦੀ ਹੈ ਵੀ ਕੀ ਸਾਨੂੰ ਕਰਨਾ ਚਾਹੀਦਾ, ਕਿਹੜੇ ਕਿਹੜੇ ਸਟੈਪ ਸਾਨੂੰ ਲੈਣੇ ਚਾਹੀਦੇ ਆ ਇੱਕ ਅੱਛੀ ਨੀਂਦ ਦੇ ਵਾਸਤੇ, ਅਸੀਂ ਉਹਨਾਂ ਬਾਰੇ ਹੁਣ ਗੱਲਬਾਤ ਕਰੀਏ। ਹਾਂਜੀ, ਇੱਥੇ ਨਾ ਮੈਂ ਬਹੁਤ ਸਿੰਪਲ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਬੜੀ ਆਸਾਨੀ ਦੇ ਨਾਲ ਕਰ ਸਕਦੇ ਹਾਂ ਸਾਰੇ ਜਾਣੇ, ਜਾਂ ਮੈਂ ਕੀਤੀਆਂ ਹੈਗੀਆਂ ਨੇ, ਜਿਹਦੇ ਨਾਲ ਮੇਰੀ ਹੈਲਥ ਦੇ ਵਿੱਚ, ਮੇਰੀ ਨੀਂਦ ਦੇ ਵਿੱਚ ਬਹੁਤ ਸੋਹਣੇ ਇੰਪਰੂਵਮੈਂਟ ਆਏ ਹੈਗੇ ਆ, ਉਹ ਮੈਂ ਸਾਰਿਆਂ ਨਾਲ ਇੱਥੇ ਸ਼ੇਅਰ ਕਰਨਾ ਚਾਹੁੰਦੀ ਹੈਗੀ ਹਾਂ। ਦੋ ਚੀਜ਼ਾਂ ਦਾ ਤੁਹਾਡੀ ਹੈਲਥ 'ਤੇ ਬਹੁਤ ਜ਼ਿਆਦਾ ਇਫੈਕਟ ਆ, ਜਿਨ੍ਹਾਂ ਦਾ ਕਨੈਕਸ਼ਨ ਤੁਹਾਡੀ ਨੀਂਦ ਨਾਲ ਵੀ ਆ। ਇੱਕ ਤਾਂ ਤੁਹਾਡੀ ਜਿਹੜੀ ਡਾਇਟ ਹੈਗੀ ਆ, ਦੂਸਰਾ ਜਿਹੜਾ ਹੈਗਾ ਆ ਤੁਹਾਡੀ ਮੈਂਟਲ ਹੈਲਥ, ਇਹ ਦੋਨਾਂ ਚੀਜ਼ਾਂ ਦਾ। ਹੁਣ ਇਹ ਦੋਨਾਂ ਚੀਜ਼ਾਂ ਨੂੰ ਆਪਾਂ ਬਹੁਤ ਵਧੀਆ ਢੰਗ ਨਾਲ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਆ। ਹੈਲਥ ਦੇਖੋ, ਹੈਲਥ ਵਾਈਜ਼ ਜੇ ਆਪਾਂ ਗੱਲ ਕਰੀਏ ਆਪਣੀ ਡਾਇਟ ਦੀ, ਜੇ ਤੁਹਾਡੀ ਡਾਇਟ ਖਰਾਬ ਹੈਗੀ ਆ, ਤੁਸੀਂ ਹੈਵੀ ਮੀਲ ਲੈ ਰਹੇ ਹੈਗੇ ਹੋ, ਡੀਪ ਫਰਾਈਡ ਫੂਡ ਖਾ ਰਹੇ ਹੈਗੇ ਹੋ ਸ਼ਾਮ ਨੂੰ, ਤੁਹਾਨੂੰ ਨੀਂਦ ਨਹੀਂ ਆਊਗੀ। ਇੱਦਾਂ ਦੇ ਫੂਡ ਖਾਣ ਨਾਲ ਕੀ ਹੁੰਦਾ, ਸਟੇਟ ਵੇ ਤੁਹਾਡੇ ਦਿਮਾਗ ਦੇ ਵਿੱਚ ਖੁਸ਼ਕੀ ਪੈਂਦੀ ਆ, ਬੋਡੀ ਦੇ ਵਿੱਚ ਖੁਸ਼ਕੀ ਆਉਂਦੀ ਆ। ਸੋ ਵੈਰੀ ਇੰਪੋਰਟੈਂਟ ਹੈਗਾ, ਤੁਸੀਂ ਇੱਕ ਅੱਧਾ ਚਮਚ ਦੇਸੀ ਘੇ ਦਾ ਜ਼ਰੂਰ ਲਵੋ ਆਪਣੀ ਡਾਇਟ ਦੇ ਵਿੱਚ ਸਵੇਰੇ, ਜਾਂ ਮੇਨ ਚੀਜ਼ ਆ ਜਦੋਂ ਤੁਸੀਂ ਦਿਨ ਦੇ ਵਿੱਚ ਮੇਨ ਮੀਲ ਲੈਂਦੇ ਹੈਗੇ ਹੋ, ਉਹਦੇ ਵਿੱਚ ਦੇਸੀ ਘੇ ਦਾ ਇੱਕ ਚਮਚ ਚਾਹੇ ਯੂਜ਼ ਕਰੋ, ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਆ, ਇਹ ਬਹੁਤ ਹੈਲਪ ਕਰਦਾ ਆ, ਤੁਹਾਡਾ ਦਿਮਾਗ ਰਿਲੈਕਸ ਹੋਣਾ ਸਟਾਰਟ ਹੋ ਜਾਂਦਾ ਆ। ਠੀਕ ਹੈ ਜੀ, ਦੂਸਰਾ ਹੈਗਾ ਆ ਕਿ ਆਪਣੇ ਘਰ ਗਰਮ ਪਾਣੀ, ਇੱਕ ਬਾਸਕਿਟ ਹੁੰਦੀ ਆ, ਉਹਦੇ ਵਿੱਚ ਥੋੜ੍ਹਾ ਜਿਹਾ ਗਰਮ ਪਾਣੀ ਲੈ ਕੇ, ਵਿੱਚ ਕੋਈ ਵੀ ਤੁਸੀਂ ਤੇਲ ਕੇ ਯੂਜ਼ ਕਰ ਸਕਦੇ ਹੋ, ਦੇਸੀ ਘੇ ਪਾ ਲਓ, ਕੋਕੋਨਟ ਓਇਲ ਪਾ ਲਓ, ਕੋਈ ਵੀ ਹੋਵੇ, ਦੈਨ ਆਪਣੇ ਪੈਰ ਜ਼ਰੂਰ ਸੋਕ ਕਰੋ ਸੌਣ ਤੋਂ ਪਹਿਲਾਂ, ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ, ਥੋੜ੍ਹੇ ਮਿੰਟ ਵਾਸਤੇ 10 ਤੋਂ 15 ਮਿੰਟ ਕਰਨਾ ਆ ਕਰਕੇ, ਉਹਨਾਂ ਨੂੰ ਪੈਰਾਂ ਨੂੰ ਬਾਅਦ 'ਚ ਹਵਾ ਨਹੀਂ ਲਗਾਉਣੀ, ਇੱਕ ਆਪਣੇ ਜਿਹੜਾ ਟਾਵਲ ਹੈਗਾ ਉਹਦੇ ਵਿੱਚ ਰੈਪ ਅਪ ਕਰ ਲਓ ਤੁਸੀਂ। ਹਾਂਜੀ, ਜੇ ਤੁਸੀਂ ਇੱਦਾਂ ਪੈਰ ਅਤੇ ਹੱਥ ਆਪਣੇ ਦੋਨੇ ਗਰਮ ਪਾਣੀ ਦੇ ਵਿੱਚ ਓਇਲ ਪਾ ਕੇ ਸੋਕ ਕਰਦੇ ਹੋ ਨਾ, ਤੁਹਾਡੀ ਪੂਰੀ ਬੋਡੀ ਆ ਜਿਹੜੀ ਉਹ ਰੈਸਟ ਮੋਡ ਦੇ ਵਿੱਚ ਚਲੀ ਜਾਊਗੀ, ਬਹੁਤ ਵਧੀਆ ਰਿਲੈਕਸ ਹੋਊਗੀ। ਠੀਕ ਆ, ਹੁਣ ਆਪਾਂ ਥੋੜ੍ਹਾ ਜਿਹਾ ਜਾਂ ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੈਗੇ ਹੋ ਸੌਣ ਤੋਂ ਪਹਿਲਾਂ, ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ, ਅਤੇ ਤਿਲ ਦਾ ਤੇਲ ਆ ਜਿਹੜਾ ਉਹ ਸਾਰਿਆਂ ਨਾਲ ਬੈਸਟ ਹੈਗਾ, ਉਹਦੀ ਤੁਸੀਂ ਹੈੱਡ ਮਸਾਜ ਲੈ ਸਕਦੇ ਹੋ ਫਰ ਫਿਊ ਮਿੰਟਸ, ਉਹਦੇ ਨਾਲ ਵੀ ਤੁਹਾਡਾ ਜਿਹੜਾ ਦਿਮਾਗ ਰਿਲੈਕਸ ਹੋ ਜਾਏਗਾ, ਉਹਦੀਆਂ ਨਾੜਾਂ ਰਿਲੈਕਸ ਹੋ ਜਾਣਗੀਆਂ। ਆਪਣਾ ਮਤਲਬ ਆ ਵੱਧ ਤੋਂ ਵੱਧ ਆਪਾਂ ਰਿਲੈਕਸ ਕਿੱਦਾਂ ਹੋ ਸਕਦੇ ਹਾਂ। ਠੀਕ ਹੈ, ਫਿਰ ਕਈ ਲੋਕਾਂ ਨੂੰ ਮੇ ਵੀ ਕੁਛ ਪੜ੍ਹਨ ਦਾ ਸ਼ੌਂਕ ਹੋ ਸਕਦਾ ਹੈ, ਜੇ ਨਹੀਂ ਹੈਗਾ ਤਾਂ ਉਹਨਾਂ ਨੂੰ ਇਹ ਇੰਟਰਸਟ ਜ਼ਰੂਰ ਬਣਾਉਣਾ ਚਾਹੀਦਾ। ਪੜ੍ਹਨ ਦੇ ਨਾਲ ਸਾਰਿਆਂ ਨਾਲ ਵੱਧ ਨੀਂਦ ਆਉਂਦੀ ਹੈ ਅਤੇ ਬਹੁਤ ਰਿਲੈਕਸਿੰਗ ਨੀਂਦ ਆਉਂਦੀ ਹੈ। ਕੋਈ ਵੀ ਬੁੱਕ ਸ਼ੁਰੂ ਕਰ ਲਓ, ਸਿੰਪਲ ਤੋਂ ਸਿੰਪਲ, ਪਰ ਉਹਦੇ ਵਿੱਚ ਕੁਛ ਵੀ ਸਟ੍ਰੈਸਫੁੱਲ ਨਾ ਹੋਵੇ, ਕੋਈ ਇੱਦਾਂ ਦੇ ਨੋਵਲ ਵਗੈਰਾ ਇੱਦਾਂ ਦੀ ਚੀਜ਼ ਨਾ ਹੋਵੇ, ਬਹੁਤ ਰਿਲੈਕਸਿੰਗ ਅਤੇ ਬਹੁਤ ਵਧੀਆ ਆਪਾਂ ਨੇ ਚੀਜ਼ ਨੂੰ ਰੀਡ ਕਰਨਾ, ਜਿਹਦੇ ਨਾਲ ਤੁਹਾਡੇ ਦਿਮਾਗ ਨੂੰ ਥੋੜ੍ਹੀ ਸ਼ਾਂਤੀ ਮਿਲੇ। ਕਈ ਲੋਕਾਂ ਨੂੰ ਲਿਖਣ ਦਾ ਸ਼ੌਂਕ ਹੋ ਸਕਦਾ, ਉਹ ਆਪਣਾ ਲਿਖ ਸਕਦੇ ਨੇ ਕੁਛ ਵੀ। ਕਈ ਲੋਕੀ ਕਹਿੰਦੇ ਸਾਨੂੰ ਲਾਈਟ ਮਿਊਜ਼ਿਕ ਦੇ ਨਾਲ ਨੀਂਦ ਆਉਂਦੀ ਆ, ਉਹ ਵੀ ਬਹੁਤ ਵਧੀਆ ਚੀਜ਼ ਆ। ਲਾਈਟ ਮਿਊਜ਼ਿਕ ਪਲੇ ਕਰੋ, ਉਹਦੇ ਨਾਲ ਤੁਸੀਂ ਰਿਲੈਕਸ ਹੋ ਕੇ ਸੌਂਜੋ। ਅਤੇ ਇੱਕ ਇੰਪੋਰਟੈਂਟ ਚੀਜ਼ ਹੈਗੀ ਆ ਕਿ ਜਿਹੜਾ ਤੁਹਾਡਾ ਰੂਮ ਦਾ ਟੈਂਪਰੇਚਰ ਆ ਨਾ, ਉਹਦਾ ਬਹੁਤ ਵੱਡਾ ਰੋਲ ਆ। ਨਾ ਤਾਂ ਬਹੁਤ ਜ਼ਿਆਦਾ ਗਰਮੀ ਹੋਣੀ ਚਾਹੀਦੀ ਆ ਰੂਮ ਦੇ ਵਿੱਚ, ਨਾ ਬਹੁਤ ਜ਼ਿਆਦਾ ਠੰਡ ਹੋਣੀ ਚਾਹੀਦੀ ਆ, ਅਤੇ ਨਾ ਬਹੁਤ ਡਾਰਕ ਹੋਵੇ, ਤਾਂ ਇਹ ਨਾ ਹੋਵੇ ਕਿ ਬਾਹਰੋਂ ਬਹੁਤ ਜ਼ਿਆਦਾ ਲਾਈਟ ਆਉਂਦੀ ਆ। ਇਹ ਜੇ ਤੁਸੀਂ ਆਪਣੇ ਰੂਮ ਦੇ ਵਿੱਚ ਇਹ ਚੀਜ਼ਾਂ ਦਾ ਖਿਆਲ ਰੱਖਦੇ ਹੋ, ਤਾਂ ਤੁਹਾਨੂੰ ਬਹੁਤ ਵਧੀਆ ਇੱਕ ਨੀਂਦ ਦੇ, ਵਧੀਆ ਨੀਂਦ ਨੂੰ ਲਿਆਉਣ ਦੇ ਵਿੱਚ ਇਹ ਚੀਜ਼ਾਂ ਰੋਲ ਪਲੇ ਕਰਦੀਆਂ ਨੇ, ਜਿਹੜੀਆਂ ਕਿ ਮੈਂ ਪ੍ਰੈਕਟੀਕਲੀ ਦੇਖੀਆਂ ਨੇ ਕਰਕੇ। ਤੇ ਖਾਣ ਦਾ ਜੇ ਤੁਸੀਂ ਪੁੱਛੋ ਥੋੜਾ ਜਿਹਾ ਵੀ ਆਪਾਂ ਕਿਹੜੀ ਚੀਜ਼ ਹੈਗੀ ਆ, ਜਿਹੜੇ ਪੋਪੀ ਸੀਡਸ ਹੈਗੇ ਆ ਨਾ, ਉਹ ਬਹੁਤ ਜ਼ਿਆਦਾ ਗੁੱਡ ਨੇ। ਉਹਨਾਂ ਨੂੰ ਸੌਣ ਤੋਂ ਪਹਿਲਾਂ ਆਪਣੇ, ਬਹੁਤ 99% ਲੋਕੀ ਆਪਣੇ ਦੁੱਧ ਪੀਂਦੇ ਹੈਗੇ ਆ ਸੌਣ ਤੋਂ ਪਹਿਲਾਂ, ਉਹ ਤੁਸੀਂ ਪੈਨ ਦੇ ਵਿੱਚ ਇੱਕ ਥੋੜ੍ਹਾ ਜਿਹਾ ਦੇਸੀ ਘੇ ਪਾ ਕੇ ਉਹਦੇ ਵਿੱਚ ਮਾੜਾ ਜਿਹਾ ਉਹਨਾਂ ਨੂੰ ਫਰਾਈ ਕਰ ਲਓ ਪੋਪੀ ਸੀਡਸ ਨੂੰ, ਉਸ ਤੋਂ ਬਾਅਦ ਵਿੱਚ ਇੱਕ ਗਲਾਸ ਦੁੱਧ ਦਾ ਚੰਗੀ ਤਰ੍ਹਾਂ ਬੋਇਲ ਕਰਕੇ ਆਪਣਾ ਪੀ ਲਓ, ਉਹਦੇ ਨਾਲ ਤੁਹਾਡੀ ਪੂਰੀ ਬੋਡੀ ਰਿਲੈਕਸ ਹੋ ਜਾਂਦੀ ਆ। ਜਾਂ ਇਹ ਕਹਿ ਲਓ ਐਮੀਨੋ ਐਸਿਡ ਵਾਲੇ ਜਿਹੜੇ ਆਪਣੇ ਫੂਡ ਹੈਗੇ ਆ, ਲਾਈਕ ਆਲਮੰਡ ਵਗੈਰਾ ਹੋ ਗਿਆ, ਕਈ ਲੋਕੀ ਉਹ ਵੀ ਦੁੱਧ 'ਚ ਬਾਲ ਕੇ ਪੀਂਦੇ ਆ, ਉਹ ਵੀ ਬੈਸਟ ਹੈਗਾ ਆ। ਇਹ ਚੀਜ਼ਾਂ ਤੁਹਾਨੂੰ ਕਾਫੀ ਗੁੱਡ ਹੈਲਪ ਕਰਦੀਆਂ ਨੇ। ਤੇ ਜਿਹੜੀ ਸਾਰਿਆਂ ਨਾਲ ਵੱਡੀ ਲਾਸਟ ਚੀਜ਼ ਮੈਂ ਇੱਥੇ ਐਡ ਕਰਨਾ ਚਾਹੁੰਦੀ ਹੈਗੀ ਆ, ਉਹ ਹੈਗਾ ਤੁਹਾਡਾ ਪੋਜ਼ਿਟਿਵ ਮਾਈਂਡ। ਉਹਦੇ ਵਾਸਤੇ ਮੈਂ ਸਾਰਿਆਂ ਨੂੰ ਰੈਕਮੈਂਡ ਕਰਦੀ ਹੁੰਦੀ ਹਾਂ ਕਿ ਇੱਕ ਡੀਪ ਬ੍ਰੈਥਿੰਗ ਕਰਨਾ ਬਹੁਤ ਹੀ ਇੰਪੋਰਟੈਂਟ ਆ। ਆਪਣੀ ਬੋਡੀ ਦੇ ਵਿੱਚ ਜਿੱਦਾਂ ਕੈਮੀਕਲ, ਆਪਾਂ ਬੋਡੀ ਨੂੰ ਨਾ ਡੀਟੋਕਸ ਕਰਨ ਦੀ ਗੱਲ ਬਹੁਤ ਕਰਦੇ ਹਾਂ, ਬੋਡੀ ਨੂੰ ਡੀਟੋਕਸ ਕਰਨਾ, ਪਰ ਆਪਾਂ ਮਾਈਂਡ ਨੂੰ
ਉਹ ਬਾਹਰ ਨਿਕਲਣੇ ਸਟਾਰਟ ਹੋ ਜਾਂਦੇ ਨੇ। ਤੇ ਜਿਹੜੀ ਬਾਡੀ ਆ ਨਾ, ਜੇ ਬਾਡੀ ਨੂੰ ਰੈਸਟ ਦੀ ਆਪਾਂ ਗੱਲ ਕਰੀਏ, ਬਾਡੀ ਨੂੰ ਨੀਂਦ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ, ਆਪਣੇ ਮਾਈਂਡ ਨੂੰ ਨੀਂਦ ਦੀ ਜ਼ਰੂਰਤ ਆ। ਬਾਡੀ ਨੂੰ ਤਾਂ ਜੇ ਰੈਸਟ ਕਰਵਾਉਣੀ ਹੈ ਇਹਨੂੰ ਤਾਂ 1-2 ਘੰਟੇ ਸੋਫੇ ਤੇ ਬਿਠਾ ਦਿਓ, ਜੇ ਤੁਸੀਂ ਬਹੁਤ ਜ਼ਿਆਦਾ ਵੀ ਟਾਇਰਡ ਹੈਗੇ ਹੋ ਇਹਨੇ ਤਾਂ ਵੀ ਰੈਸਟ ਤੇ ਚਲੀ ਜਾਣਾ, ਰਿਲੈਕਸ ਹੋ ਜਾਣਾ ਰੈਸਟ ਕਰਕੇ। ਪਰ ਜਿਹੜਾ ਮਾਈਂਡ ਆ ਇਹ ਬੈਠ ਕੇ ਨਹੀਂ ਨਾ ਰਿਲੈਕਸ ਹੁੰਦਾ, ਇਹ ਤਾਂ ਸੋਫੇ ਤੇ ਬੈਠਾ ਜਾਂ ਬਾਡੀ ਰੈਸਟ ਕਰ ਰਹੀ ਆ, ਇਹਦੇ ਅੰਦਰ ਤਾਂ ਫਿਰ ਵੀ ਬਹੁਤ ਸਾਰੇ ਵਿਚਾਰ ਕੰਟੀਨਿਊਸਲੀ ਚੱਲ ਰਹੇ ਨੇ। ਬਿਲਕੁਲ ਹਨਾ, ਮਾਈਂਡ ਬਿਲਕੁਲ ਰੈਸਟ ਦੇ ਵਿੱਚ ਨਹੀਂ ਜਾਂਦਾ ਹੈਗਾ। ਫਿਰ ਮਾਈਂਡ ਨੂੰ ਰੈਸਟ ਦੇ ਵਿੱਚ ਜਾਣ ਲਈ ਆਪਾਂ ਨੂੰ ਇੱਕ ਡੀਪ ਸਲੀਪ ਤੇ ਕੁਆਲਿਟੀ ਨੀਂਦ ਦੀ ਜ਼ਰੂਰਤ ਆ। ਉਹਦੇ ਵਾਸਤੇ ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ। ਜਿੰਨੇ ਕੁ ਵੀ ਮੈਂ ਸਿੰਪਲ ਜਿਹੇ ਨੁਕਸ਼ੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ, ਇਹ ਜੇ ਕੋਈ ਹੌਲੀ ਹੌਲੀ ਕਰਕੇ ਜੇ ਇੱਕਦਮ ਨਹੀਂ ਤੇ 2 ਮਿੰਟ ਤੋਂ ਆਪਣਾ ਸਟਾਰਟ ਕਰੋ ਕਰਨ ਨੂੰ, ਤੁਸੀਂ ਇੰਪਲੀਮੈਂਟ ਟਰਾਈ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟ ਆਉਣਗੇ। ਤੇ ਇੱਕ ਲੋਕੀ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕੋਈ ਬੰਦਾ ਪਾਠ ਕਰਦਾ ਨਾ ਉਹਨੂੰ ਬਹੁਤ ਛੇਤੀ ਨੀਂਦ ਆਉਂਦੀ ਆ। ਸੋ ਬੈਟਰ ਆ ਕਿ ਬੈੱਡ ਵਿੱਚ ਬੈਠ ਕੇ ਤੁਸੀਂ ਪਾਠ ਕਰਨਾ ਸਟਾਰਟ ਕਰ ਦਿਓ, ਵਾਹਿਗੁਰੂ ਕਰੋ। ਤੁਸੀਂ ਜਦੋਂ ਮੈਂ ਡੀਪ ਬ੍ਰੈਥਿੰਗ ਦੀ ਗੱਲ ਕੀਤੀ ਆ ਨਾ ਜਿਹੜੀ ਮੈਂ ਐਡ, ਉਹਦੇ ਵਿੱਚ ਤੁਸੀਂ ਕੁਛ ਵੀ ਕਹੋ, ਆਪਣਾ ਵਾਹਿਗੁਰੂ ਕਹੋ, ਰਾਮ, ਅੱਲਾ, ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਉਹ ਕਹਿਣਾ ਸਟਾਰਟ ਕਰ ਦਿਓ। ਮਾਈਂਡ ਰਿਲੈਕਸ ਹੋ ਜਾਊਗਾ, ਕੈਮੀਕਲ ਆਪਣੇ ਰਿਲੀਜ਼ ਕਰ ਦੂਗਾ ਤੇ ਸ਼ਾਂਤੀ ਦੇ ਵਿੱਚ ਚਲਿਆ ਜਾਊਗਾ ਤੇ ਨੀਂਦ ਤੁਹਾਨੂੰ ਬਹੁਤ ਸੋਹਣੀ ਆਊਗੀ। ਗੁਰਪ੍ਰੀਤ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੇ ਸਾਡੇ ਨਾਲ ਇੰਨੀਆਂ ਜਿਹੜੀਆਂ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਦਰਸ਼ਕਾਂ ਦੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਟਾਈਮ ਕੱਢਿਆ ਤੇ ਦਰਸ਼ਕੋ, ਉਮੀਦ ਹੈ ਵੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਗੁਰਪ੍ਰੀਤ ਹੋਰਾਂ ਦੇ ਨਾਲ ਲੈ ਕੇ ਆਵਾਂਗੇ, ਕਿਉਂਕਿ ਆਪਣੀ ਹੈਲਥ ਨੂੰ ਲੈ ਕੇ ਉਹ ਕਾਫੀ ਕੌਨਸ਼ੀਅਸ ਨੇ ਔਰ ਉਹਨਾਂ ਨੇ ਕਾਫੀ ਆਪਣੀ ਲਾਈਫ ਦੇ ਵਿੱਚ ਚੇਂਜਸ ਲਿਆਂਦੀਆਂ ਨੇ, ਅੱਛਾ ਫੂਡ ਖਾ ਕੇ, ਅੱਛਾ ਭੋਜਨ ਨੂੰ ਦਾ ਸੇਵਨ ਕਰਕੇ ਅਤੇ ਆਪਣੀ ਲਾਈਫ ਨੂੰ ਦਾ ਇੱਕ ਰੂਟੀਨ ਵਧੀਆ ਬਣਾ ਕੇ ਅਸੀਂ ਵੀ ਕਰ ਸਕਦੇ ਹਾਂ ਸਾਰੇ ਜਾਣੇ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਅਗਰ ਤੁਹਾਡਾ ਇਸ ਪ੍ਰੋਗਰਾਮ ਦੇ ਪ੍ਰਤੀ ਕੋਈ ਵੀ ਸਵਾਲ ਹੈ ਜਾਂ ਸੁਝਾਅ ਹੈ, ਤੁਸੀਂ ਸਾਡੇ ਯੂਟਿਊਬ ਚੈਨਲ ਦੇ ਉੱਤੇ ਵਰਲਡ ਮੀਡੀਆ USA ਦੇ ਉੱਤੇ ਇਸ ਪ੍ਰੋਗਰਾਮ ਦੇ ਨੀਚੇ ਆਪਣੇ ਕਮੈਂਟ ਕਰ ਸਕਦੇ ਹੋ, ਸਾਨੂੰ ਡਾਇਰੈਕਟ ਮੈਸੇਜ ਵੀ ਭੇਜ ਸਕਦੇ ਹੋ, ਸਾਨੂੰ ਇੰਸਟੈਂਟ ਮੈਸੇਜ ਫੇਸਬੁੱਕ ਦੇ ਉੱਤੇ ਵੀ ਭੇਜ ਸਕਦੇ ਹੋ। ਫੇਸਬੁੱਕ ਦਾ ਵੀ ਸਾਡਾ ਪੇਜ ਵਰਲਡ ਮੀਡੀਆ USA ਤੁਸੀਂ ਸਬਸਕ੍ਰਾਈਬ ਕਰੋ ਅਤੇ ਯੂਟਿਊਬ ਚੈਨਲ ਵੀ ਜਿਹੜਾ ਉਹ ਸਾਡਾ ਸਬਸਕ੍ਰਾਈਬ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.worldmediausa.com ਦੇ ਉੱਤੇ ਵੀ ਵਿਜਿਟ ਕਰ ਸਕਦੇ ਹੋ। ਸੋ ਮੈਂ ਸਮਝਦਾ ਵੀ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਉਹ ਬਹੁਤ ਹੀ ਮਹੱਤਵਪੂਰਨ ਨੇ ਅਤੇ ਅਗਲੇ ਹਫ਼ਤੇ ਅਸੀਂ ਇਸੇ ਤਰ੍ਹਾਂ ਦਾ ਕੋਈ ਹੋਰ ਪ੍ਰੋਗਰਾਮ ਇੱਕ ਨਵੇਂ ਟੌਪਿਕ ਦੇ ਨਾਲ ਲੈ ਕੇ ਆਵਾਂਗੇ ਜਾਂ ਚੰਗੀ ਡਾਇਟ ਦੇ ਉੱਤੇ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ, ਉਹ ਵੀ ਗੁਰਪ੍ਰੀਤ ਹੋਰਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਅਤੇ ਸਾਨੂੰ ਹੁਣ ਤੁਸੀਂ ਇਜਾਜ਼ਤ ਦਿਓ। ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮਚ ਭਾਜੀ ਮੌਕਾ ਦੇਣ ਵਾਸਤੇ, ਬਹੁਤ ਵਧੀਆ ਡਿਸਕਸ਼ਨ ਸੀ। ਹੋਪਫੁਲੀ ਕਿ ਤੁਹਾਡੇ ਨਾਲ ਸੋਨ ਆਪਾਂ ਫਿਰ ਹੋਰ ਪ੍ਰੋਗਰਾਮ ਕਰਾਂਗੇ ਸਿਹਤ ਨੂੰ ਲੈ ਕੇ। ਥੈਂਕ ਯੂ ਸੋ ਮਚ ਸਾਰਿਆਂ ਦਾ। ਥੈਂਕ ਯੂ ਜੀ।